ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਜਦੋਂ ਨਾਮੀ ਗੈਂਗਸਟਰ ਜਸਪ੍ਰੀਤ ਨੂੰ ਉਸ ਦੇ ਚਾਰ ਸਾਥੀਆਂ ਅਤੇ ਹਥਿਆਰਾਂ ਸਮੇਂ ਪੁਲਿਸ ਨੇ ਜਾਲ ਵਿਛਾ ਧਰ ਦਬੋਚਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜੋ ਸਥਿਤੀ ਬਣੀ ਹੋਈ ਹੈ ਉਹ ਹਰ ਕਿਸੇ ਨੂੰ ਪਰੇਸ਼ਾਨ ਕਰ ਰਹੀ ਹੈ, ਕਿਉਂਕਿ ਆਏ ਦਿਨ ਗੁੰਡਾਗਰਦੀ ਦੇ ਨੰਗੇ ਹੁੰਦੇ ਨਾਚ ਸਾਫ਼ ਵੇਖਣ ਨੂੰ ਮਿਲ ਰਹੇ ਨੇ। ਪਰ ਪੁਲਿਸ ਅਤੇ ਪ੍ਰਸ਼ਾਸਨ ਵੀ ਇਹਨਾਂ ਸ਼ਰਾਰਤੀ ਅਨਸਰਾਂ ਦੇ ਉੱਤੇ ਨੱਥ ਪਾਉਣ ਨੂੰ ਦਿਨ ਰਾਤ ਜੁਟਿਆ ਹੋਇਆ ਹੈ। ਹਾਲ ਹੀ ਦੇ ਵਿੱਚ ਲੁਧਿਆਣਾ ਪੁਲਿਸ ਨੇ ਗੈਂਗਸਟਰ ਹਰਪ੍ਰੀਤ ਸਿੰਘ ਉਫ ਜੱਸਾ ਨੂੰ ਉਸ ਦੇ ਚਾਰ ਸਾਥੀਆਂ ਦੇ ਨਾਲ ਧਰ ਦਬੋਚਿਆ। ਆਰੋਪੀਆਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਬਹਾਦਰਗੜ੍ਹ ਰੋਡ ਸਬਜ਼ੀ ਮੰਡੀ ਦੇ ਨੇੜਿਓਂ ਕਾਬੂ ਕੀਤਾ ਗਿਆ। ਡੀਸੀਪੀ ਡਿਟੈਕਟਿਵ APS ਫਿਫਸਾ ਨੇ ਦੱਸਿਆ ਕਿ ਆਰੋਪੀਆਂ ਕੋਲੋਂ ਇੱਕ ਪਿਸਤੌਲ, 12 ਜ਼ਿੰਦਾ ਕਾਰਤੂਸ, 2 ਮੈਗਜ਼ੀਨ, ਇੱਕ ਤੇਜ਼ਧਾਰ ਹਥਿਆਰ, ਖਿਲੌਣਾ ਪਿਸਤੌਲ, ਲੋਹੇ ਦੇ ਰੋਡ, I-20 ਅਤੇ I-20 ਕਾਰ ਬਰਾਮਦ ਕੀਤੀ ਗਈ ਹੈ, ਜਿਸ 'ਚ ਉਹ ਸਵਾਰ ਸਨ। ਇਸ ਗਿਰੋਹ ਦਾ ਸਰਗਨਾ ਜਸਪ੍ਰੀਤ ਸਿੰਘ ਉਫ ਜੱਸਾ ਹੈ, ਜਿਸ 'ਤੇ ਅਲੱਗ ਅਲੱਗ ਥਾਣਿਆਂ ਵਿੱਚ ਤਕਰੀਬਨ 19 ਕੇਸ ਦਰਜ ਨੇ। ਇਹ ਲੁਧਿਆਣਾ ਵਿੱਚ ਹੀ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਹਨਾਂ ਸਾਰਿਆਂ ਤੇ ਅਲੱਗ ਅਲੱਗ ਥਾਣਿਆਂ ਵਿੱਚ ਲੁੱਟ ਖੋ, ਮਾਰ ਕੁੱਟ ਕਰਨ ਸਹਿਤ ਕਈ ਗੰਭੀਰ ਧਾਰਾਵਾਂ ਦੇ ਵਿੱਚ ਮਾਮਲੇ ਦਰਜ ਨੇ ਤੇ ਇਹ ਅੱਜ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ, ਜਿਸ ਤੋਂ ਪਹਿਲਾਂ ਹੀ ਇਹ ਗੈਂਗਸਟਰ ਕਰਿੰਦੇ ਪੁਲਿਸ ਨੇ ਧਰ ਦਬੋਚੇ। ਹਰਿਆਣਾ ਪੁਲਿਸ ਨੂੰ ਬੜੀ ਅਹਿਮ ਕਾਮਯਾਬੀ ਮਿਲੀ ਹੈ, ਜਿਹਦੇ ਵਿੱਚ ਪੁਲਿਸ ਸਟੇਸ਼ਨ ਜੋਧੇਵਾਲ ਔਰ CAA ਸਟਾਫ ਦੀਆਂ ਟੀਮ ਨੇ ਜੁਆਇੰਟ ਆਪਰੇਸ਼ਨ ਕਰਕੇ ਇੱਕ ਕ੍ਰਿਮੀਨਲ ਦਾ ਇੱਕ ਗਰੋਹ ਨੂੰ ਫੜਿਆ। 5 ਬੰਦੇ ਫੜੇ ਗਏ ਨੇ, ਇਹਨਾਂ ਤੋਂ ਵੈਪਨ ਰਿਕਵਰ ਹੋਏ ਨੇ, ਇਹਨਾਂ ਤੋਂ .32 ਬੋਰ ਦਾ ਪਿਸਟਲ, ਉਹਦੇ 'ਚ ਨਾਲ 12 ਲਾਈਵ ਕਾਰਟ੍ਰਿਜਸ, ਇੱਕ ਦਾਂਤ ਹੈ, ਰੋਡ ਹੈ, ਇੱਕ ਡਮੀ ਪਿਸਟਲ ਮਿਲਿਆ। ਔਰ ਇਹ ਵਾਰਦਾਤਾਂ ਕਰਨ ਦੇ ਆਦੀ ਨੇ, PO ਸੀਗੇ, ਵਾਂਟਡ ਸੀ ਇਹ ਅਲੱਗ ਅਲੱਗ ਕੇਸਾਂ ਵਿੱਚ। ਇੱਥੇ ਪੁਲਿਸ ਨੂੰ ਪਹਿਲਾਂ ਹੀ ਬੰਦੇ ਵਾਂਟਡ ਸੀਗੇ। ਇਹਨਾਂ ਦੇ ਵਿੱਚੋਂ ਇੱਕ ਮੇਨ ਦੋਸ਼ੀ ਜਸਪ੍ਰੀਤ ਜੱਸਾ, ਜੋ ਨੂਰ ਵਾਲੇ ਏਰੀਏ ਦਾ, ਉਹਦੇ ਖਿਲਾਫ਼ 19 ਦੇ ਕਰੀਬ ਮੁਕੱਦਮੇ ਨੇ। ਬਾਕੀਆਂ ਦੇ ਖਿਲਾਫ਼ 1 ਦੇ ਖਿਲਾਫ਼ ਰਕੇਸ਼ ਦੇ ਵਿੱਚ, ਲੱਕੀ ਗੁੱਜਰ ਹੈ, ਇੱਕ ਦੂਸਰਾ ਹਰਿੰਦਰ ਸਿੰਘ ਹੈ, ਰਕੇਸ਼ ਕੁਮਾਰ ਹੈ, ਨਰੇਸ਼ ਕੁਮਾਰ ਉਫ ਲੱਕੀ ਗੁੱਜਰ, ਕੁਲਵਿੰਦਰ ਸਿੰਘ ਐਲੀਅਸ ਬੂਟਾ, ਇਹਨਾਂ ਦੇ ਖਿਲਾਫ਼ 1 ਦੇ ਖਿਲਾਫ਼ 9 ਮੁਕੱਦਮੇ ਨੇ, 1 ਦੇ ਖਿਲਾਫ਼ 7 ਮੁਕੱਦਮੇ ਨੇ, ਔਰ ਇੱਕ ਹੋਰ ਦੇ ਖਿਲਾਫ਼ ਵੀ 7 ਮੁਕੱਦਮੇ ਨੇ। ਮਤਲਬ ਇਹ ਹਾਰਡਕੋਰ ਕ੍ਰਿਮੀਨਲ ਸੀਗੇ, ਔਰ ਇਹ ਜੇ ਇਕੱਠੇ ਹੋਏ ਸੀ ਵੈਪਨਸ ਦੇ ਨਾਲ, ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ, ਜੋ ਕਿ ਪੁਲਿਸ ਪਾਰਟੀਜ਼ ਨੇ ਇਹਨਾਂ 'ਤੇ ਐਕਟ ਕਰਦੇ ਹੋਏ, ਇਹਨਾਂ ਨੂੰ ਜੁਆਇੰਟ ਆਪਰੇਸ਼ਨ ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ, ਔਰ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ। ਨਹੀਂ, ਜੋ ਵੈਪਨ ਇਲੀਗਲ ਵੈਪਨ ਨੇ, ਲਾਇਸੈਂਸ ਹੀ ਨਹੀਂ ਹੈ, ਔਰ ਇਹਨਾਂ ਦਾ ਅਸੀਂ ਹੁਣ ਰਿਮਾਂਡ ਦੇ ਵਿੱਚ ਪੂਰਾ ਪੁੱਛਗਿੱਛ ਕਰ ਰਹੇ ਹਾਂ ਕਿ ਕਿੱਥੋਂ ਸੋਰਸ, ਕਿੱਥੋਂ ਲੈ ਕੇ ਆਏ ਨੇ, ਉੱਥੇ ਤੱਕ ਵੀ ਸਾਰਾ ਅਸੀਂ ਇਸਨੂੰ ਟਰੇਸ ਕਰਾਂਗੇ ਜੀ। ਮੋਸਟਲੀ ਜ਼ਿਆਦਾ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਲੁਧਿਆਣੇ ਦਾ ਏਰੀਆ ਸੀ, ਲੁਧਿਆਣੇ ਦੇ ਵਿੱਚ ਇਹਨਾਂ ਨੇ ਬਹੁਤੀਆਂ ਵਾਰਦਾਤਾਂ ਕੀਤੀਆਂ ਹੋਈਆਂ ਨੇ। ਇਹ ਜੀ ਜੱਸਾ, ਇਹਨਾਂ ਦਾ ਹੀ ਹੈਡ ਹੈ ਜਿਹੜਾ ਜੱਸਾ ਹੈ, ਜਿਹੜਾ ਜਸਪ੍ਰੀਤ ਸਿੰਘ ਜੱਸਾ, ਇਹ ਐਜ਼ ਇਟ ਇਜ਼ ਕੋਈ ਨਹੀਂ, ਬਟ ਆਪਣੇ ਇਕੱਠੇ ਹੋਈ ਓਪਰੇਟ ਕਰਦੇ ਨੇ, ਇਹਨਾਂ ਦੀ ਅੱਗੇ
ਗੈਂਗਸਟਰ ਦੀਆਂ ਇੱਕ ਦੂਜੇ ਨਾਲ ਅਫੀਲੀਏਸ਼ਨ ਹੁੰਦੀਆਂ ਹੀ ਨੇ, ਇੱਕ ਦੂਸਰੇ ਕੰਮ ਆਉਂਦੇ ਨੇ, ਕੰਮ 'ਤੇ ਜਾਂਦੇ ਨੇ, ਅਤੇ ਇਹ ਹੁਣ ਕਿਸੇ ਖਾਸ ਮਕਸਦ ਲਈ ਇਕੱਠੇ ਹੋਏ ਸੀ। ਇਹ ਹੁਣ ਅਸੀਂ ਰਿਮਾਂਡ ਵਿੱਚ ਸਾਰਾ ਇਹਨੂੰ ਕਲੀਅਰ ਕਰਾਂਗੇ, ਪੁਲਿਸ ਰਿਮਾਂਡ ਵਿੱਚ ਕਿਸ ਮਕਸਦ ਲਈ ਔਰ ਕੀ ਇਹਨਾਂ ਨੇ ਕ੍ਰਾਈਮ ਸਰ ਅੰਜਾਮ ਹੋਰ ਕੀ ਕਰਨਾ ਸੀ, ਔਰ ਪਿਛਲੇ ਅਗਰ ਕੋਈ ਵੈਪਨ ਕਿੱਥੋਂ ਆ ਰਹੇ ਸੀ, ਸਾਰਾ ਇਹਦੇ 'ਚ ਅਸੀਂ ਕਲੀਅਰ ਕਰਾਂਗੇ। ਜੋ ਉਹ ਚੈੱਕ ਕਰ ਲਾਂਗੇ, ਉਹ ਮੁਕੱਦਮਾ ਦਰਜ ਹੈ। ਹਾਂ ਉਹ ਹਾਂ ਉਹ ਮੁਕੱਦਮਾ ਦਰਜ ਹੈ ਉਹਦਾ। ਹਾਂਜੀ ਹਾਂਜੀ, ਇਹ ਵਾਂਟਡ ਹੈ, ਪੀਓ ਸੀਗਾ ਜੀ, ਇਹ ਵਾਂਟਡ ਹੈ। ਜਿਹੜੇ ਪੁਰਾਣੇ ਮੁਕੱਦਮੇ ਜਿਹਨਾਂ 'ਚ ਇਹਦੀ ਅਰੈਸਟ ਆਉਂਦੀ ਉਹਦੇ 'ਚ ਫਿਰ ਅਰੈਸਟ ਕੀਤਾ ਜਾਏਗਾ। ਸਰ ਇੱਕ ਪਿੱਛੇ ਜਿਵੇਂ ਆ ਰਿਹਾ ਸੀਗਾ ਇੱਕ ਅਲਰਟ ਵੀ ਸੀਗਾ ਵੀ ਗੈਂਗਸਟਰਾਂ ਵੱਲੋਂ ਵੱਡਾ ਕੋਈ ਵਾਰਦਾਤ ਨੂੰ ਅੰਜਾਮ ਦੇਣਾ, ਕਿ ਇਸ ਤਰ੍ਹਾਂ ਨਹੀਂ ਵੀ ਇਹ ਜਿਹੜੇ ਫੜੇ ਜਾ ਰਹੇ ਨੇ ਕੋਈ ਜੇਲ੍ਹ ਤੋਂ ਉੱਥੇ ਕੋਈ ਇਹਨਾਂ ਦੀ ਵੱਡੀ ਸਾਜ਼ਿਸ਼ ਦਾ ਤਾਂ ਨਹੀਂ ਕਾਰਨ ਹੈਗਾ ਕੁਝ? ਨਹੀਂ, ਹਾਲੇ ਤੱਕ ਇਹੋ ਜਿਹੀ ਗੱਲ ਨਹੀਂ ਕੁਝ ਸਾਹਮਣੇ ਆਈ ਹੈ। ਇਹਨਾਂ ਦਾ ਲੋਕਲੀ ਸਾਡੇ ਲੋਕਲ ਯੂਨਿਟਸ ਦਾ ਹੀ ਇਹ ਆਪਰੇਸ਼ਨ ਹੈ, ਉਹਦੇ 'ਚ ਇਹ ਕਾਬੂ ਹੈ। ਲੁਧਿਆਣਾ ਮੋਸਟਲੀ ਜ਼ਿਆਦਾ ਏਰੀਆ ਆਫ ਆਪਰੇਸ਼ਨ ਹੈ ਲੁਧਿਆਣਾ ਦੇ। ਗੈਂਗਸਟਰ ਕਰਨ ਤਾਂ ਬੇਸ਼ੱਕ ਪੁਲਿਸ ਨੇ ਤਰ ਦਬੋਚੇ ਨੇ, ਪਰ ਆਮ ਨਾਗਰਿਕਾਂ ਦਾ ਵੀ ਫਰਜ਼ ਬਣਦਾ ਹੈ ਕਿ ਜੇਕਰ ਕਿਸੇ ਵੀ ਸ਼ਰਾਰਤੀ ਅੰਸਰ ਬਾਰੇ ਅਸੀਂ ਕੋਈ ਵੀ ਜਾਣਕਾਰੀ ਰੱਖ, ਉਹ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਅਸੀਂ ਜ਼ਰੂਰ ਸਾਂਝੀ ਕਰੀਏ, ਕਿਉਂਕਿ ਅਗਰ ਅਸੀਂ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦਿੰਦੇ ਹਾਂ ਤਾਂ ਅਸੀਂ ਆਪਣਾ ਪੰਜਾਬ ਸਾਫ਼ ਸੁਥਰਾ ਕਰਦੇ ਹਾਂ, ਆਲਾ ਦੁਆਲਾ ਸੁਰੱਖਿਅਤ ਕਰਦੇ ਹਾਂ, ਨੌਜਵਾਨੀ ਨੂੰ ਨਸ਼ੇ ਦੇ ਜ਼ਹਿਰ ਤੋਂ ਬਚਾਉਂਦੇ ਹਾਂ, ਅਤੇ ਇੱਕ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਘਟੀਆ ਕਰਿੰਦੇ ਦੀ ਜਾਣਕਾਰੀ ਅਗਰ ਸਾਨੂੰ ਹੈ ਉਸ ਦੀ ਪੁਲਿਸ ਨਾਲ ਸਾਂਝੀ ਜ਼ਰੂਰ ਕਰੀਏ, ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੁਲਿਸ ਤੁਹਾਡੀ ਪਛਾਣ ਗੁਪਤ ਰੱਖੇ ਤਾਂ ਪੁਲਿਸ ਵੱਲੋਂ ਉਹ ਵੀ ਜ਼ਰੂਰ ਗੁਪਤ ਰੱਖੀ ਜਾਂਦੀ ਹੈ। ਇਸ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ, ਵੀਡੀਓ ਚੰਗੀ ਲੱਗੀ ਹੋਈ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਵਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ।